हाँ जी दोस्तों, डेली लाइव विच तुहाडा स्वागत है। तुसी देख रहे हो डेली लाइव टीवी। अज जसवीर जस्सी का जो गाना 20 तरीक नूं टीसीडी कंपनी विच लॉन्च किया गया सी, अज वो गाने दे बोल जो कि लाइव होके जसवीर जस्सी ने गा के अपने स्रोतियां नूं सुनाए ने, ते नाल दी नाल ही बब्बू मान का भी धन्यवाद किया, ते नाल उन्हां दे स्रोतियां का धन्यवाद किया, ते होर पंजाबी सिंगरां दे विचों करन ओजला ते नीरू बाजवा, जस्सी गिल, होर काफ़ी सिंगर ने जिहड़े उन्हां दे नाल दोस्त ने ते उन्हां नाल प्यार भी बनिया होया। सारयां दा दिलों धन्नवाद कीता जसवीर जस्सी वल्लों। ते तुसी देख रहे हो उन्हां दे गाने दे बोल जो कि उन्हां ने लाइव होके अपने स्रोतियां लई सुनाए ने, ते वो गाना भी मार्केट दे विच बहुत ज़्यादा मकबूल किया जा रहा है। सारे स्रोतियां दा धन्नवाद करदे हुए उन्होंने ये गाना जिहड़ा कि अपने पेज तो लाइव हो के स्रोतियां लई गाया, तो तुसी भी सुनो उहदे चार बोल। सत श्री अकाल भाजी, सत श्री अकाल। पूरे नाम तो नहीं मैं लिख सकता, पर बहुत बहुत अच्छा लग रहा कि तुसी इन्नी तादाद विच जुड़ रहे हो। तो प्रमोद शर्मा राणा जिन्होंने वीडियो बनाई है साड़ी, मैं बस थैंक यू करने वास्ते ही ना मन कर रहा सी, मैं थैंक यू करा सब दा, क्योंकि कंपीटिशन भी इन्ना ज़्यादा है, कंपीटिशन भी इन्ना कंपीटिशन जिहड़ा एक्चुअली बहुत सीधा नहीं रहा, बहुत ज़्यादा टेढ़ा कंपीटिशन हो गया, पर फिर भी तुसी इन्ना प्यार दिता। साफ सुथरा गाना सीगा उहदे विच, क्योंकि कोई इदां दा टाइटल नहीं है कि गाल लगे, तो फिर भी तुसी इन्ना प्यार दिता, फिर भी तुसी इन्नियां दुआवां दित्तियां, इन्ना आशीर्वाद दिता। ਮੈਨੂੰ ਤਾਂ ਲੱਗਣ ਲੱਗ ਗਿਆ ਸੀ ਹੁਣ ਕਿ ਯਾਰ ਪਤਾ ਨਹੀਂ ਹੁਣ ਮੈਂ ਸਾਡੇ ਗਾਣੇ ਚੱਲਣੇ ਆ ਕਿ ਨਹੀਂ ਚੱਲਣੇ ਜਾਂ ਕਿੱਦਾਂ ਹੋਏਗਾ, ਪਰ ਤੁਸੀਂ ਕਮਾਲ ਕਰਤੀ ਸੱਚੀ ਸੱਚੀ ਵਿੱਚ। ਹੁਣ ਲੋਕ ਕਹਿੰਦੇ ਸੀ ਵੀ ਯਾਰ ਥੋੜ੍ਹਾ ਜਿਹਾ ਅੱਛਾ ਕਰੋਗੇ ਕੋਈ ਕੰਮ, ਤਾਂ ਲੋਕ ਪਸੰਦ ਕਰਨਗੇ। ਮੇਰਾ ਦਿਲ ਤਾਂ ਕਰ ਰਿਹਾ ਮੈਂ ਸਾਰਿਆਂ ਦੇ ਨਾਮ ਪੜ੍ਹਾਂ, ਸਾਰਿਆਂ ਦੇ ਵਾਹ 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 ਵਾਹ। ਜੀ 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 ਬਿਲਕੁਲ ਬਿਲਕੁਲ, ਬੱਬੂ ਮਾਨ ਸਾਹਿਬ ਉਹਨਾਂ ਨੇ ਵੀ, ਸਾਰੇ ਕਲਾਕਾਰਾਂ ਨੇ ਵੀ, ਸਭ ਕਲਾਕਾਰਾਂ ਨੇ। ਅਗਰ ਮੈਂ ਨਾਮ ਲੈਣ ਲੱਗਿਆ ਤਾਂ ਮੇਰੇ ਖਿਆਲ 150-200 ਕਲਾਕਾਰ ਹੋ ਜਾਣਗੇ, ਕਿ ਸਾਰਿਆਂ ਦੇ ਹਰਭਜਨ ਮਾਨ ਭਾਅ ਜੀ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਅੰਮ੍ਰਿਤ ਮਾਨ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਾਰੇ ਅਫਸਾਨਾ, ਔਰ ਸੁਰਿੰਦਰ ਖਾਨ, ਜੈਜ਼ਮ, ਜੱਸੀ ਗਿੱਲ, ਸਾਰੇ ਅਜੇ ਤੱਕ ਐਮੀ ਵਿਰਕ ਹੋਣੀ, ਅਤੇ ਸਾਰੇ ਲੋਕਾਂ ਨੇ, ਸਾਰੇ ਦੋਸਤਾਂ ਨੇ, ਸਾਰਿਆਂ ਨੇ ਬਹੁਤ ਹੀ ਸਾਥ ਦਿੱਤਾ, ਬਹੁਤ। ਮੈਂ ਅਜੇ ਪਤਾ ਨਹੀਂ ਕਿੰਨੇ ਕੁ ਨਾਮ ਭੁੱਲ ਗਿਆ ਹੋਵਾਂਗਾ, ਫਿਰ ਮੈਂ ਹੁਣ ਬਾਅਦ 'ਚ ਯਾਦ ਕਰਾਂਗਾ ਵੀ ਕਿਹੜੇ ਕਿਹੜੇ ਨਾਮ ਨੇ, ਕਿਉਂਕਿ ਹੋਰ ਗੱਲਾਂ ਮਾਇੰਡ ਦੇ ਵਿੱਚ ਬਹੁਤ ਨੇ। ਲਵ ਯੂ ਜੀ, ਲਵ ਯੂ, ਲਵ ਯੂ, ਲਵ ਯੂ, ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਲਵ ਯੂ, ਅਤੇ ਤੁਸੀਂ ਬਹੁਤ ਸੋਹਣਾ ਗਾਇਆ, ਥੈਂਕ ਯੂ ਸੋ ਮੱਚ। ਬੱਬੂ ਮਾਨ ਦਾ ਲਿਖਿਆ ਕਰੋ ਗੀਤ, ਪੱਕਾ ਬੱਬੂ ਮਾਨ ਦਾ ਵੀ ਗਾਣਾ ਹੁਣ ਮੈਂ ਕਰਾਂਗਾ, ਅਸੀਂ ਤਿਆਰ ਕਰ ਰਹੇ ਹਾਂ ਉਹ ਵੀ। ਅਸੀਂ ਬੜੇ ਦਿਨ ਦਾ ਸੋਚ ਰਹੇ ਹਾਂ ਕਿ ਅਸੀਂ ਉਹਨੂੰ ਵੀ ਤੁਹਾਡੇ ਤੱਕ ਲੈ ਕੇ ਆਈਏ, ਪਰ ਬਹੁਤ ਹੀ ਕਮਾਲ ਦਾ ਰਿਸਪੋਂਸ, ਬਹੁਤ ਹੀ ਕਮਾਲ ਦਾ ਰਿਸਪੋਂਸ। ਮੈਂ ਸੋਚਿਆ ਨਹੀਂ ਸੀ, ਕਿਉਂਕਿ ਇੱਕ ਤਾਂ ਅੱਜ ਕੱਲ੍ਹ ਜਿੱਦਾਂ ਵਿਊਜ਼ ਦੀ ਬੜੀ ਦੌੜ ਹੈ, ਵਿਊਜ਼ ਦਾ ਬੜਾ ਪੰਗਾ ਹੈ ਕਿ ਵਿਊਜ਼ ਲੈਣੇ ਆ ਕਿ ਨਹੀਂ ਲੈਣੇ, ਵਿਊਜ਼ ਹੋਣੇ ਚਾਹੀਦੇ ਕਿ ਨਹੀਂ। ਪਰ ਜਦੋਂ ਤੁਸੀਂ ਕੰਪੀਟੀਸ਼ਨ 'ਚ ਆ ਜਾਂਦੇ ਹੋ, ਕੰਪੀਟੀਸ਼ਨ ਵੀ ਇੰਨਾ ਅਜੀਬ ਜਿਹਾ ਚਿੱਕੜ ਹੋ ਗਿਆ ਕਿ ਉਹਦੇ ਵਿੱਚ ਤੁਸੀਂ ਉਸ ਚਿੱਕੜ ਵਿੱਚ ਤੁਹਾਨੂੰ ਉਤਰਨਾ ਵੀ ਪੈਂਦਾ, ਅਤੇ ਬਚਣਾ ਵੀ ਹੈ, ਸਾਫ਼ ਵੀ ਰਹਿਣਾ, ਕਿ ਇੱਦਾਂ ਵੀ ਨਹੀਂ ਹੈ ਕਿ ਮੈਂ ਆਪਣਾ ਕੋਈ ਟਾਈਟਲ ਇੱਦਾਂ ਦਾ ਰੱਖਦਾ ਕਿ ਜਿਹਦੇ ਜਿਹੜਾ ਦਿਲ ਮੰਗਦੀ ਦੀ ਥਾਂ 'ਤੇ ਕੋਈ ਗਾਲ ਲੱਗਦਾ, ਜਿਵੇਂ ਅੰਗਰੇਜ਼ੀ ਦੀ ਕੋਈ ਗਾਲ ਟਾਈਪ ਮੈਂ ਰੱਖ ਲੈਂਦਾ, ਅਤੇ ਉਹ ਬਿਲਕੁਲ ਲੋਕਾਂ ਨੂੰ ਲੱਗੇ ਕਿ ਦਿਲ ਮੰਗਦੀ ਦੀ ਥਾਂ 'ਤੇ ਲਾਈਕ ਮੈਂ ਕੁਛ ਗੰਦੀ ਕੋਈ ਚੀਜ਼ ਲੱਗ ਕੇ ਮੰਗਦੀ ਕਰ ਦਿੰਦਾ, ਅਤੇ ਲੋਕ ਇੱਕਦਮ ਕਲਿੱਕ ਕਰਦੇ ਵੀ ਯਾਰ ਇਹ ਕੀ ਹੈ, ਇਹ ਕੀ ਚੀਜ਼ ਹੈ। ਸੋ ਮੈਂ ਵੀ ਦੇਖਦਾ ਰਹਿੰਦਾ ਸੋਸ਼ਲ ਮੀਡੀਆ 'ਤੇ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਪਾਪੂਲਰ ਹੁੰਦੀਆਂ, ਉਹ ਪਾਪੂਲਰ ਇਸ ਕਰਕੇ ਹੁੰਦੀਆਂ ਕਿ ਲੋਕ ਇੱਕਦਮ ਕਿਉਰਿਓਸਿਟੀ ਨਾਲ ਦੇਖਦੇ ਕਿ ਯਾਰ ਕੀ ਲਿਖਿਆ ਔਰ ਇਹਦੇ ਵਿੱਚ ਅੰਦਰ ਕੀ ਹੈ। ਬਟ ਕਿਉਂਕਿ ਖਿਆਲ ਵੀ ਰੱਖਣਾ, ਇੰਨੀਆਂ ਚੀਜ਼ਾਂ ਜਿਹੜੀਆਂ ਇੱਧਰ ਉੱਧਰ ਦੀਆਂ ਹੋ ਰਹੀਆਂ, ਪੰਜਾਬ ਜਿਹੜਾ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਨਿਕਲ ਰਿਹਾ, ਪਰ ਸਾਡੀ ਟੀਮ ਜਿਹੜੀ ਸੀ, ਸਾਡੀ ਟੀਮ ਨੇ ਬਹੁਤ ਬਹੁਤ ਕਮਾਲ ਦੀ ਟੀਮ ਜੁੜ ਗਈ ਸੀਗੀ। ਪਹਿਲੇ ਸਭ ਤੋਂ ਪਹਿਲਾਂ
मेरे दोस्त ने जिन्होंने मैं गाइड किया, नीरज कांसल भाजी जिन्होंने मैं गाइड किया कि यार भाजी इदा का गाँव करना, कहते हूँ ना दूसरा गाँव नहीं करना आप, बहुत कमाल का कोई गाँव करना। तो फिर संजय खुलर होनी जिन्हों की लोकेशन है जी गोवा के लोकेशन, लोग तो कहें कि बहर की लोकेशन है पर उतों की लोकेशन हैगी है। ईशिका तनेजा जी सा मॉडल है, राणा प्रमोद जी आ गए, फिर टी सीरीज जुड़ गया, टी सीरीज ने फिर धुक्या ही कट दतिया बिल्कुल बहुत टाइम बाद। मैं क्योंकि मैं काफ़ी व्डे व्डे गाने गाने ग्रैंड गाने करन दी थोड़ी जी आदत सीगी, मैं विचो विचो दूसरियां चीज़ां करदा रहिंदा सी पर समझ नहीं आती सी कि हुण किवें दा कुछ करिए। सो बहुत कमाल दी टीम जुड़ी, फिर साढ़े जिहड़े प्रोड्यूसर ने सुविंदर बाबा जी हुणी उन्होंने बहुत हैल्प की, साढ़े दोस्तां ने संजय हुणां ने बहुत दोस्त की बहुत मदद की, दैन नरिंदर जी साढ़े दोस्त ने उन्होंने हेल्प की। सो सारा कुछ ही जुड़ता गया, सारा कुछ ही जुड़ता गया। फिर असं ये भी सोच रहे थे कि 20 तरीक नूं कढ़ीए गाना कि नहीं कढ़ीए, मैं पढ़ रहा सारे कमेंट बट दिया बहुत बहुत मुबारक, थैंक यू भाजी, थैंक यू सो मच। सारे टीवी ने, सारे सोशल मीडिया ने, सारे फिर लोग कई लोग ये भी कह रहे थे कि यार हुण जिहड़े गाने जिन्ने भी चल रहे हैं ये वास्ते कुछ कंट्रोवर्सी क्रिएट करो। कंट्रोवर्सी किदा की क्रिएट करे बंदा, आप तो किदा क्रिएट कर सकता, कंट्रोवर्सी तो कई बार होंगी है, कई बार आप किसी बारे कुछ साफ दिल ना जो कह दें तो कंट्रोवर्सी हो जाती है। हीर पक्का भाजी मैं सुना तू, बट मेरा ना बड़ा मन है अच के मैं कुछ गल् करा। फिर साडा म्यूजिक जोड़ा सी थोड़ा अरेबिक सगा, सिम्बा सिंह जैरी सिंह उन्होंने म्यूजिक किया, गाना लिखा मैं आपे सीगा क्योंकि मेरे मन दे विच एक दिन मैं एक पोस्ट देख रहा सी ते मैंने लगे यार ये बदनामी तो साड़ी हो रही है, तो छापा छले जड़े पता नहीं किदे किदे नाम दे पाए जा रहे हैं, तो बदनामी साड़ी है सारे देश दे विच, ते इस करके फिर वो गाना के जस्सी नूं मुफ्त च कीता कीता बदनाम तो मुंदियां विच नग जड़वाए की दे दस नाम तो दिल मंगदी हो जे थोड़ा ठीक है। ठीक है जी, दिल मंगदी पहले गाने मुंदियां विच नग जड़वाए की दे दस नाम तू जस्सी नू मुफ्त च कीता कीता बदनाम तू मुंदियां विच नग जड़वाए की दे दस नाम तू जस्सी नू मुफ्त च कीता कीता बदनाम तू अगलों दी जम जितों जितों लंघदी दिल मंगदी ओ कुड़ी दिल मंगदी ओ कुड़ी दिल मंगदी ओ कुड़ी दिल मंगदी सखियां नाल खिड़खिड़ हसदी सजना लई कूरियां अल्लाह कद खत्म करेगा लम्मियां ए दूरियां। सो लाइना भी अच्छियां सीगियां, फ्लो वालियां लाइना सीगियां, लिखिया भी मैं आपे। मैं हमेशा सोचता रहिंदा सीगा ये चीज़ के अच्छा वेरी गुड वेरी गुड, क्या बात है क्या बात है। मैं नाल नाल दूसरे कमेंट भी पढ़ रहे हैं, मन्नत नूर होनी भी जुड़े हुए हैं, बहुत सारे दोस्त जुड़े हुए हैं, ते वाह 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 बब्बू बराड़ होनी भी जुड़े हुए हैं, उन्हें सारे दे मैं किसी दिन नाम लवाँगा। अज थोड़ा जा मेरा दूसरा इमोशनल वाला मूड है, इस करके मैं गल्लां बातें ज़्यादा करना चाहना, पर मन्नत नूर कोई गाना करांगे यार आप इकट्ठे हैं साढ़े नाल भी लौंग ते मैं लाची कुछ कर दें यार, असी भी भावें मोटी लाची है पतली लाची नहीं है आप बट फिर भी करांगे कुछ ना कुछ। सो तुहाडा बहुत बहुत धन्यवाद, आप हुण गल्लां बातें करते रहेंगे अज मैं अज क्योंकि प्रमोशन प्रमोशन च लगे हुए हैं तो बहुत ज़्यादा थकावट भी सी बड़े दिनों तो। और तुसीं और सब तो वड्डी गल है कि मैनू लग रहा सी व्यूज़ दे विच पंगा पै जाना यार मेरे व्यूज़ नहीं आने, बट तुसीं ओ व्यूज़ का भी एक बार मतलब धुक्की कढ़ दित्ती ये मैं क्योंकि मैं यूट्यूब दे वर्ड विच पहली बारी आया कि जिते मेरा गाना आए तो वो व्यूज़ भी जड़े इन्ने हो भी एक दौड़ है। मैं तो ज़्यादा विश्वास नहीं रखता उस दौड़ दे विच क्योंकि म्यूजिक आर्ट जड़ा उन्नू व्यूज़ दे नाल नहीं तोलिया जा सकता, बट फिर भी
ਤੁਸੀਂ ਵਿਊਜ਼ ਦਾ ਵੀ ਬਹੁਤ ਆਸ਼ੀਰਵਾਦ ਦਿੱਤਾ, ਪਿਆਰ ਦਿੱਤਾ, ਸੋ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ। ਅਸੀਂ ਕੋਈ ਕੰਟਰੋਵਰਸੀ ਨਹੀਂ ਕੀਤੀ, ਅਸੀਂ ਕੋਈ ਵਾਇਲੈਂਸ ਨਹੀਂ ਕੀਤਾ ਉਹ 'ਚ, ਨਾ ਉਹ 'ਚ ਕੋਈ ਗੰਦਾ ਟਾਈਟਲ ਰੱਖਿਆ। ਮਤਲਬ ਐਕਚੁਅਲੀ ਕੀ ਹੈ ਕਿ ਇਹ ਚੀਜ਼ਾਂ ਆਪਣੇ ਸਾਰੀ ਸਮਝ ਤੋਂ ਬਾਹਰ ਨੇ, ਬਟ ਫਿਰ ਵੀ ਤੁਸੀਂ ਬਹੁਤ ਪਿਆਰ ਕੀਤਾ, ਬਹੁਤ ਬਹੁਤ ਜ਼ਿਆਦਾ ਆਪਣੇ ਮਨ ਤੋਂ, ਆਪਣੇ ਦਿਲ ਤੋਂ। ਮੈਂ ਸਾਰੇ ਕਮੈਂਟ ਹੁਣ ਬਾਅਦ 'ਚ ਪੜ੍ਹੂੰਗਾ। ਲੈਜੈਂਡ ਟੋ, ਥੈਂਕ ਯੂ ਜੀ, ਥੈਂਕ ਯੂ ਭਾਜੀ ਸਿੰਘ ਸਾਹਿਬ, ਥੈਂਕ ਯੂ ਸੋ ਮਚ, ਥੈਂਕ ਯੂ। ਮੈਂ ਪੜ੍ਹੀ ਜਾ ਰਿਹਾ ਰਿਕੁਐਸਟ। ਅਤੇ ਰੋਹਿਤ ਭਾਜੀ ਫਿਰ ਆਪਾਂ, ਤੁਸੀਂ ਹੈ ਕਿੱਥੇ ਜੇ? ਮੈਂ ਤੁਹਾਨੂੰ ਬਾਅਦ 'ਚ ਕਰਦਾ, ਕਿਉਂਕਿ ਮੈਂ ਇੱਕ ਹੋਰ ਲਾਈਵ ਜੁਆਇਨ ਕਰਨਾ। ਰੋਹਿਤ ਭਾਜੀ ਆਪਾਂ ਫਿਰ ਬਾਅਦ 'ਚ ਕਰਾਂਗੇ। ਦਿਲ ਮੰਗਦੀ, ਦਿਲ ਮੰਗਦੀ, ਵਾਹ ਵਾਹ ਵਾਹ। ਜਰਾ ਜਰਾ ਦਿਲ ਬਣਾ ਕੇ ਭੇਜੋ, ਕਿੰਨੇ ਕੁ ਦਿਲ ਬਣਾ ਕੇ ਭੇਜ ਸਕਦੇ ਹੋ? ਸਿਰਫ ਦਿਲ, ਓਨਲੀ ਦਿਲ, ਦਿਲ 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 ਮੰਗਦੀ ਤੋਂ ਵੀ ਜ਼ਿਆਦਾ ਜਿਹੜੇ ਉਹ ਦਿਲ। ਫਿਰ ਮੈਂ ਹੋਰ ਵੀ ਅਨਾਊਂਸ ਕਰਨਾ ਚਾਹੁੰਦਾ ਸੀ ਕਿ ਜਿਹੜੇ ਵੀ ਆਪਣੇ ਦੋਸਤ ਐਕਟਰ ਨੇ, ਸਿਰਫ ਦਿਲ ਬਣਾ ਕੇ ਭੇਜੋ। ਜਿਹੜੇ ਐਕਟਰ ਨੇ ਉਹਨਾਂ ਵਾਸਤੇ ਹੋਰ ਇੱਕ ਖੁਸ਼ਖਬਰੀ ਹੈ ਕਿ ਸਾਡੇ ਨਾਲ ਮੁਕੇਸ਼ ਛਾਬੜਾ, ਉਹਨਾਂ ਦੀ ਸਾਰੀ ਟੀਮ ਜਿਹੜੀ ਉਹ ਜੁੜ ਗਈ। ਉਹਨਾਂ ਨੇ ਇੱਕ ਕੰਪੀਟੀਸ਼ਨ ਜਿਹੜਾ ਰੀਲ ਦਾ ਸ਼ੁਰੂ ਕੀਤਾ ਅਸੀਂ ਹੁਣ, ਕਿਉਂਕਿ ਨਵੀਂ ਐਲਬਮ ਦੀ ਵੀ ਇੱਕਦਮ ਜਿਹੜੀ ਤਿਆਰੀ ਕਰੀ ਜਾ ਰਹੇ ਹਾਂ, ਉਹਦੇ ਵਾਸਤੇ ਵੀ ਮੁਕੇਸ਼ ਛਾਬੜਾ ਉਹਨਾਂ ਨੇ ਕਾਸਟਿੰਗ ਵਗੈਰਾ ਕਰਨੀ ਸ਼ੁਰੂ ਕੀਤੀ ਹੈ, ਅਤੇ ਉਹ ਹੈਲਪ ਕਰਦੇ ਹਮੇਸ਼ਾ। ਸੁਨੀਲ ਭਾਜੀ ਉਹਨਾਂ ਨੇ ਬੜੀ ਹੈਲਪ ਕੀਤੀ, ਮਨੋਜ ਬਾਜਪਾਈ ਭਾਜੀ ਉਹਨਾਂ ਨੇ ਬੜੀ ਹੈਲਪ ਕੀਤੀ, ਮੀਕਾ ਭਾਜੀ ਨੇ ਬੜੀ ਹੈਲਪ ਕੀਤੀ, ਕਪਿਲ ਸ਼ਰਮਾ ਨੇ ਬਹੁਤ ਹੈਲਪ ਕੀਤੀ, ਈਵਨ ਸਾਰੇ ਲੋਕਾਂ ਨੇ, ਰਜਤ ਸ਼ਰਮਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਹੈ। ਵਾਹ, ਦਿਲ ਹੀ ਦਿਲ ਹੋ ਗਏ, ਕਿਆ ਬਾਤ ਹੈ! ਦੇਖੋ ਦੇਖੋ ਦੇਖੋ, ਦਿਲ ਹੀ ਦਿਲ ਦਿਲ ਦਿਲ, ਆਹਾ ਹਾ 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 ਹ
ਹੈਰਾਨਾ ਹੀਰੇ ਆਖਦੀ ਵੇ ਜੋਗੀਆ ਝੂਠ ਬੋਲੇ ਕੌਣ ਰੁੱਟੜੇ ਯਾਰ ਮਨਾਉਂਦਾਈ ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ ਜਿਹੜਾ ਗਿਆਨ ਮੋੜ ਲਿਆਵਦਾਈ ਜਿੰਨੇ ਦਿਲ ਭੇਜੋਗੇ ਉਹਨਾਂ ਹੀ ਉੱਪਰ ਉੱਪਰ ਗਾਉਣ ਦੀ ਕੋਸ਼ਿਸ਼ ਕਰਾਂਗਾ ਸਾਡੇ ਚੰਮਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਉਦਾ ਰੋਗ ਗਵਾਵਦਾਈ ਭਲਾ ਦੱਸ ਕਾਚਰੀ ਵਿਚੁੰਨਿਆਂ ਨੂੰ ਹਾਂ ਭਲਾ ਦੱਸ ਕਾਚਰੀ ਵਿਚੁੰਨਿਆਂ ਨੂੰ ਕਦੋਂ ਰੱਬ ਸੱਚਾ ਕਰ ਲਿਆਵਦਾਈ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਇੰਨੇ ਦਿਲ ਇੰਨੇ ਦਿਲ ਵਾਹ 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 ਮੈਂ ਜ਼ਿੰਦਗੀ 'ਚ ਪਹਿਲੀ ਵਾਰ ਦੇਖੇ ਯਾਰ ਇੰਨੇ ਦਿਲ ਕਿਆ ਬਾਤ ਹੈ ਕਿਆ ਬਾਤ ਹੈ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਫਿਰ ਲਾਈਵ ਹੋਵਾਂਗਾ ਆਵਾਜ਼ਾਂ ਲੈ ਕੇ ਅਤੇ ਚੰਗੀ ਤਰ੍ਹਾਂ ਆਪਾਂ ਗਾਵਾਂਗੇ ਵੀ ਅਤੇ ਰੀਲ ਬਣਾਓ ਰੀਲ ਬਣਾ ਕੇ ਜ਼ਰੂਰ ਜ਼ਰੂਰ ਮੈਨੂੰ ਟੈਗ ਕਰੋ ਰੀਲ ਵਿਦ ਜੱਸੀ ਕਰਕੇ ਅਤੇ ਆਪਾਂ ਆਪਣੇ ਅਗਲੇ ਗਾਣੇ ਦੇ ਵਿੱਚ ਫਿਰ ਮੈਂ ਅਤੇ ਤੁਸੀਂ ਕੰਮ ਕਰਾਂਗੇ ਇਕੱਠਿਆਂ ਮਜ਼ਾ ਲਵਾਂਗੇ ਮੈਨੂੰ ਤਾਂ ਲੱਗਦਾ ਸੀ ਵੀ ਹੁਣ ਆਪਣਾ ਕੰਮ ਖਤਮ ਹੋ ਗਿਆ ਪਰ ਬਹੁਤ ਬਹੁਤ ਮਿਹਰਬਾਨੀ ਯਾਰ ਜਿਵੇਂ ਮੈਂ ਹੋਰ ਵੀ ਸੱਜਣਾ ਦਾ ਮੈਨੂੰ ਨਾਮ ਯਾਦ ਆ ਰਿਹਾ ਵੀ ਨੀਚੇ ਉਹਨਾਂ ਦਾ ਵੀ ਤੁਸੀਂ ਲਿਖ ਵੀ ਰਹੇ ਹੋ ਭੀਮ ਭਾਅ ਜੀ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਦੈਨ ਸ਼੍ਰੀ ਬਰਾੜ ਹੁਣਾਂ ਨੇ ਮਨਕੀਰਤ ਨੇ ਔਰ ਕਰਨ ਔਜਲਾ ਹੁਣਾਂ ਨੇ ਸਾਰੇ ਲੋਕਾਂ ਨੇ ਸਾਰੇ ਦੋਸਤਾਂ ਨੇ ਜਿਹੜੇ ਆਪਣੇ ਗਾਣੇ ਵੀ ਰਿਲੀਜ਼ ਕਰ ਰਹੇ ਸੀ ਸਾਰੇ ਲੋਕਾਂ ਦੇ ਆਪਣੇ ਆਪਣੇ ਗਾਣੇ ਰਿਲੀਜ਼ ਹੋ ਰਹੇ ਸੀ ਪਰ ਉਹਨਾਂ ਨੇ ਮੇਰੇ ਵੀ ਜਿਹੜੇ ਗਾਣੇ ਆ ਉਹਨਾਂ ਨੂੰ ਮੇਰੇ ਗਾਣੇ ਨੂੰ ਬਹੁਤ ਜ਼ਿਆਦਾ ਪ੍ਰੋਤਸਾਹਿਤ ਕੀਤਾ ਸੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਤੁਹਾਨੂੰ ਜਲਦੀ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ